ਇੱਕ ਇੱਕ ਡਿਸਟ੍ਰਿਕਟ ਅਸੀਂ ਸੁਪਰਵਾਈਜ਼ ਕਰਨ ਲਈ ਦਿੱਤਾ ਹੈਗਾ ਅਤੇ ਐਂਟੀ ਸੋਸ਼ਲ ਐਲੀਮੈਂਟਸ ਡਰੱਗ ਸਮਗਲਰਸ ਦੇ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਸਟੇਟ ਪੱਧਰ ਓਪਰੇਸ਼ਨ ਹੈਗਾ। ਇਸ ਦੇ ਵਿੱਚ ਜਿਹੜੀ ਵਿਸ਼ੇਸ਼ਤਾ ਹੈਗੀ ਕਿ ਅਸੀਂ ਕ੍ਰਾਈਮ ਡੇਟਾ ਪਹਿਲੇ ਐਨਾਲਾਈਜ਼ ਕੀਤਾ ਹੈ। ਕ੍ਰਾਈਮ ਡੇਟਾ ਕਢਾ ਕੇ ਅਸੀਂ ਹੋਟਸਪੋਟਸ ਹਰ ਡਿਸਟ੍ਰਿਕਟ ਦੇ ਵਿੱਚ ਹੋਟਸਪੋਟਸ ਆਈਡੈਂਟੀਫਾਈ ਕੀਤੇ ਹੈਗੇ ਜਿੱਥੇ ਕ੍ਰਿਮੀਨਲਸ ਦਾ ਜ਼ਿਆਦਾ ਜਿਹੜਾ ਇੰਪੈਕਟ ਹੁੰਦਾ ਹੈ। ਆਈਡੀਆ ਇਜ਼ ਕਿ ਪੁਲਿਸ ਦੀ ਜਿਹੜੀ ਪ੍ਰੈਜੈਂਸ ਹੈਗੀ, ਮੂਵਮੈਂਟ ਹੈਗੀ, ਉਹ ਵਿਜ਼ੀਬਲ ਹੋਵੇ, ਇੱਕ ਇੰਪੈਕਟ ਹੋਵੇ ਲੋਕਾਂ ਦੇ ਵਿੱਚ, ਪਬਲਿਕ ਕੌਨਫੀਡੈਂਸ ਵਧਾਇਆ ਜਾਵੇ। ਇਸ ਦੇ ਨਾਲ ਜਿਹੜਾ ਹੈਗਾ, ਲੈਟ ਮੀ ਕੰਪਲੀਟ, ਕੰਪਲੀਟ ਫਸਟ, ਇਸ ਦੇ ਨਾਲ ਦੀ ਨਾਲ ਅਸੀਂ ਇੱਕ ਸਪੈਸ਼ਲ ਮੁਹਿੰਮ ਚਲਾ ਰਹੇ ਹੈਗੇ, ਜਿਹੜੇ ਤੁਸੀਂ ਪੜ੍ਹਿਆ ਹੋਣਾ ਚੀਫ ਮਿਨਿਸਟਰ ਸਾਹਿਬ ਦੇ ਆਰਡਰਸ ਆਏ ਹੈਗੇ। ਇਹ ਗੌਰਮੈਂਟ, ਪੰਜਾਬ ਗੌਰਮੈਂਟ ਦਾ ਫੈਸਲਾ ਹੋਇਆ ਹੈ ਕਿ ਅਮਨ ਅਤੇ ਸ਼ਾਂਤੀ ਨੂੰ ਬਣਾਏ ਰੱਖਣ ਲਈ ਅਸੀਂ ਇੱਕ ਵੱਡੇ ਪੱਧਰ ਦੀ ਆਰਮਸ ਲਾਇਸੈਂਸ ਵੈਰੀਫਿਕੇਸ਼ਨ ਡਰਾਈਵ ਸ਼ੁਰੂ ਕਰ ਰਹੇ ਹੈਗੇ ਇਨ ਕੋਆਰਡੀਨੇਸ਼ਨ ਵਿਦ ਡਿਸਟ੍ਰਿਕਟ ਮੈਜਿਸਟ੍ਰੇਟਸ ਐਂਡ ਡਿਪਟੀ ਕਮਿਸ਼ਨਰਸ, ਕਿ ਜਿਹੜੇ ਵੀ ਪੂਰੇ ਸੂਬੇ ਦੇ ਵਿੱਚ ਜਿੰਨੇ ਆਰਮਸ ਲਾਇਸੈਂਸ ਇਸ਼ੂ ਹੋਏ ਹੈਗੇ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਊਗੀ। ਨੇੜੇ ਆ ਕੇ ਡੀ ਜੀ ਸਾਹਿਬ ਨੇ ਦੱਸਿਆ ਵੀ ਮੈਂ ਲੁਧਿਆਣੇ ਤੁਹਾਡੇ ਇੱਥੇ ਦੇਖਣ ਜਾ ਰਿਹਾ, ਵੀ ਤੁਸੀਂ ਜੁਆਇਨ ਕਰ ਲਿਆ ਅਤੇ ਉਹਨੂੰ ਜਿਹੜਾ ਮੈਸੇਜ ਮਿਲਿਆ ਸੀ ਉਹਦੇ ਮੁਤਾਬਕ ਪਲਾਨ ਚੱਲ ਰਿਹਾ, ਅਤੇ ਉਹ ਸਾਡੇ ਲਈ ਵੀ ਇਹ ਸਰਪ੍ਰਾਈਜ਼ ਸੀ ਡੀ ਜੀ ਸਰ ਦਾ ਇੱਥੇ ਆਉਣਾ। ਅਤੇ ਬੇਸਿਕਲੀ ਇੱਕ ਲੋਕੈਲਿਟੀ ਜਿਹੜੀ ਅਸੀਂ ਚੂਜ਼ ਕੀਤੀ ਹੈ ਉਹਦੇ ਵਿੱਚ ਜਿਹੜੇ ਐਨ ਡੀ ਪੀ ਐੱਸ ਦੇ ਕੇਸਿਸ, ਸਨੈਚਿੰਗ ਦੇ ਕੇਸਿਸ, ਐਕਸਾਈਜ਼ ਦੇ ਕੇਸਿਸ, ਉਹ ਕੇਸਿਸ ਦੇ ਬੰਦੇ ਅਸੀਂ ਈਅਰਮਾਰਕਡ ਕੀਤੇ, ਆਈਡੈਂਟੀਫਾਈਡ ਕੀਤੇ ਆ। ਤੁਹਾਨੂੰ ਸ਼ਾਇਦ ਐਂ ਲੱਗਦਾ ਹੋਣਾ ਵੀ ਇਹ ਇੱਥੇ ਵੀ ਨੋਰਮਲ ਕਾਲੋਨੀ ਦੇ ਵਿੱਚ ਆ ਗਏ, ਉਹ ਜਿੰਨੇ ਮੇਰੇ ਕੋਲ ਲਿਸਟ ਹੈ ਵੀ ਜਿਹਦੇ ਵਿੱਚੋਂ ਅਸੀਂ 22 ਨੇਮ ਜਿਹੜੇ ਆ ਕ੍ਰਿਮੀਨਲ ਹੈ ਉਹ ਆਈਡੈਂਟੀਫਾਈ ਕਰਕੇ ਸਪੈਸੀਫਿਕ ਟਾਰਗੇਟਡ ਉਹਨਾਂ ਦੇ ਘਰ ਦੇ ਵਿੱਚ ਅਸੀਂ ਰੇਡ ਕਰਨਾ। ਉਹਦੇ ਵਿੱਚ ਹੋ ਸਕਦਾ ਬਹੁਤ ਸਾਰੇ ਬੰਦੇ ਦੇਖ ਕੇ, ਕਿਉਂਕਿ ਇਹ ਕੋਈ ਕਿਲਾ ਤਾਂ ਹੈ ਨਹੀਂ ਵੀ ਇੱਕ ਗੇਟ ਤੋਂ ਐਂਟਰ ਕੀਤੇ ਬੰਦੇ ਜਾ ਸਕਦੇ ਆ, ਪਰ ਮੈਸੇਜ ਬੜਾ ਕਲੀਅਰ ਹੈ ਕ੍ਰਿਮੀਨਲ ਨੂੰ ਵੀ ਤੁਹਾਡੇ ਪਿੱਛੇ ਹੀ ਹੈ ਅਸੀਂ।